ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਪਾਰਟੀ ਵੇਅਰ ਹੈਂਡਵਰਕ ਸੂਟਸ ਆ ਜਿਹੜੇ ਸ਼ੇਅਰ ਕਰ ਰਹੇ ਹਾਂ। ਸੋ ਇਹ ਅਲੱਗ ਅਲੱਗ ਕਲਰ ਕੰਬੀਨੇਸ਼ਨ 'ਤੇ ਅਲੱਗ ਅਲੱਗ ਸਟੱਫ 'ਤੇ ਬਣੇ ਹੋਏ ਆ ਜੀ। ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸੈਮੀ ਜਾਂ ਪਿਓਰ ਦੁਪੱਟਾ, ਔਰਗੈਂਜ਼ਾ, ਚਨੋਨ ਜਿਵੇਂ ਵੀ ਤੁਸੀਂ ਚਾਹੋ ਬਣਾ ਸਕਦੇ ਹੋ, ਵਿਦ ਸਟਿਚਿੰਗ, ਵਿਦਆਊਟ ਸਟਿਚਿੰਗ, ਐਵਰੀਥਿੰਗ ਜੋ ਤੁਸੀਂ ਲਾਈਕ ਕਰਦੇ ਹੋ। ਤੁਸੀਂ ਵਿਦ ਸਟਿਚਿੰਗ ਵੀ ਬਣਾ ਸਕਦੇ ਹੋ, ਵਿਦਆਊਟ ਸਟਿਚਿੰਗ ਵੀ ਬਣਾ ਸਕਦੇ ਹੋ। ਜਿਵੇਂ ਕਿ ਇਹ ਹੈਗਾ ਜੀ ਰੂਬੀ ਸ਼ੇਡ, ਇਹਦੇ ਨੀਚੇ ਅਸੀਂ ਪੈਚ ਲੱਗ ਕੇ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਹੋਇਆ ਹੋਇਆ, ਔਰ ਉੱਪਰ ਇਸ ਤਰ੍ਹਾਂ ਇਹ ਦੋਨੋਂ ਸਾਈਡ ਤੋਂ ਪੈਨਲਸ ਜਾਂਦੇ ਹੈਗੇ ਆ। ਇਹਨਾਂ ਦੀ ਜਿਹੜੀਆਂ ਬਾਜੂ ਆ, ਬਾਜੂ 'ਤੇ ਇਸ ਤਰ੍ਹਾਂ ਦਾ ਵਰਕ ਹੁੰਦਾ ਜੀ। ਔਰ ਨੀਚੇ ਅਸੀਂ ਜਿਵੇਂ ਗਲੇ 'ਤੇ ਪੋਟਲੀਸ ਦਿੱਤੇ ਹੋਏ ਆ, ਔਰ ਵਿੱਚ ਉੱਪਰ ਅਸੀਂ ਹੈਂਗਿੰਗ ਲਟਕਨਸ ਦਿੱਤੇ ਹੋਏ ਹੈਗੇ ਆ। ਸੋ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਹੈਵੀ ਹੈ। ਇਹ ਦੇਖੋ ਪੈਚ ਲੱਗੇ ਹੋਏ ਆ, ਔਰ ਦੋਨੋਂ ਸਾਈਡਸ ਤੋਂ ਜਿਹੜੀ ਸਿੱਪੀ ਦੀਆਂ ਲਾਈਨਸ ਉੱਪਰ ਨੂੰ ਜਾਂਦੀਆਂ ਹੈਗੀਆਂ, ਇਸ ਤਰ੍ਹਾਂ ਪੈਚ ਲੱਗ ਕੇ ਵਰਕ ਹੋਇਆ ਹੋਇਆ। ਸੋ ਇਹ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ। ਨੈਕਸਟ ਸੂਟ ਹੈਗਾ ਜੀ ਆਰੀ ਵਰਕ ਦੇ ਵਿੱਚ। ਆਰੀ ਵਰਕ ਦੇ ਵਿੱਚ ਅਸੀਂ ਬਣਾਇਆ ਹੈਗਾ ਪੀਚ ਸ਼ੇਡ ਦੇ ਵਿੱਚ। ਸੋ ਇਹ ਵੀ ਬਹੁਤ ਹੀ ਪਿਆਰਾ ਵਰਕ ਹੈ। ਸੋ ਉੱਪਰ ਤੱਕ ਇਹਦੇ ਲਾਈਨਸ ਹੈ, ਔਰ ਬਾਜੂ ਇਸ ਤਰ੍ਹਾਂ ਅਸੀਂ ਬਾਜੂ 'ਤੇ ਵਰਕ ਦਿੱਤਾ ਹੋਇਆ। ਬਹੁਤ ਹੀ ਪਿਆਰਾ ਇਹਦਾ ਜਿਹੜਾ ਕਲਰ ਹੈਗਾ ਉਹ ਬਹੁਤ ਹੀ ਪਿਆਰਾ ਹੈ, ਬਰਾਊਨ ਸ਼ੇਡ ਦੇ ਵਿੱਚ ਹੈ, ਬਰਾਊਨ ਪੀਚ ਸ਼ੇਡ ਦੇ ਵਿੱਚ। ਇਸ ਤਰ੍ਹਾਂ ਅਸੀਂ ਬੋਟਮ 'ਤੇ ਸਕੈਲਪਿੰਗ ਕੀਤੀ ਹੋਈ ਹੈ, ਔਰ ਦੁਪੱਟਾ ਇਹਦਾ ਜਿਹੜਾ ਹੈਗਾ ਫੁੱਲ ਹੈਵੀ ਦੁਪੱਟਾ ਹੈ ਜੀ, ਇਸ ਤਰ੍ਹਾਂ ਦੋਨੋਂ ਸਾਈਡਸ 'ਤੇ ਜਿਹੜੇ ਪੱਲੇ ਹੈਗੇ ਆ ਹੈਵੀ ਹੈ, ਔਰ ਸਾਈਡਸ 'ਤੇ ਇਸ ਤਰ੍ਹਾਂ ਫੋਰ ਸਾਈਡ ਕੱਟ ਵਰਕ ਕੀਤਾ ਹੋਇਆ। ਸੋ ਇਹ ਵੀ ਬਹੁਤ ਹੀ ਪਿਆਰਾ ਜਿਵੇਂ ਕਲਰ ਸ਼ੇਡ ਔਰ ਜਿਹੜਾ ਵਰਕ ਹੈਗਾ, ਕਲਰ ਕੰਬੀਨੇਸ਼ਨ ਹੈ, ਬਹੁਤ ਹੀ ਪਿਆਰੇ ਬਣੇ ਹੋਏ ਹੈ। ਸੋ ਨੈਕਸਟ ਹੈਗਾ ਜੀ ਹੈਂਡਵਰਕ ਦੇ ਵਿੱਚ। ਇਸ ਤਰ੍ਹਾਂ ਇਹਦੀ ਸਟਿਚਿੰਗ ਤੋਂ ਬਾਅਦ ਜਿਹੜੀ ਫਿਨਿਸ਼ਿੰਗ ਆਉਂਦੀ ਹੈ ਵਰਕ ਦੀ ਜੀ, ਉਹ ਬਹੁਤ ਹੀ ਪਿਆਰੀ ਹੁੰਦੀ ਹੈ। ਸੋ ਇਸ ਤਰ੍ਹਾਂ ਉੱਪਰ ਤੱਕ ਵਰਕ ਹੈਗਾ, ਬੈਲ ਬਾਜੂ ਦਿੱਤੇ ਹੋਏ ਆ ਅਸੀਂ, ਔਰ ਇਹਦੇ ਨਾਲ ਜਿਹੜਾ ਬੋਟਮ 'ਤੇ ਹੈਗਾ, ਸੋ ਬੋਟਮ 'ਤੇ ਵੀ ਵਰਕ ਹੈ। ਇਸ ਤਰ੍ਹਾਂ ਇਹਦਾ ਜਿਹੜਾ ਫੋਰ ਸਾਈਡ ਜਿਹੜਾ ਵਰਕ ਹੈਗਾ ਕਾਫੀ ਹੈਵੀ ਹੈ ਜੀ, ਇਹ ਦੇਖੋ। ਇਸ ਤਰ੍ਹਾਂ ਵਿੱਚ ਸਾਰੇ ਦੇ ਵਿੱਚ ਆ ਜਿਹੜੀ ਬੂਟੀ ਹੈਗੀ ਆ, ਔਰ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਹੈਵੀ ਵਰਕ ਹੈਗਾ, ਵਿੱਚ ਫਲਾਰ ਵੀ ਹੈ ਜੀ, ਔਰ ਕਾਰਨਰਸ 'ਤੇ ਆ ਜਿਹੜੇ ਹੈਵੀ ਫਲਾਰ ਹੈ। ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਜੀ, ਔਰ ਜਿਵੇਂ ਕਿ ਆਪਾਂ ਇਹ ਡਿਜ਼ਾਈਨ ਹੈ ਕਾਫੀ ਬਣਾਇਆ ਹੋਇਆ ਪੀਕੌਕ ਸ਼ੇਡ ਦੇ ਉੱਪਰ। ਸੋ ਇਸ ਤਰ੍ਹਾਂ ਪੀਕੌਕ ਸ਼ੇਡ ਦੇ ਉੱਪਰ ਇਹ ਕਰੇਪ 'ਤੇ ਬਣਿਆ ਹੋਇਆ ਡਿਜ਼ਾਈਨ ਹੈਗਾ। ਇਹਦੇ 'ਤੇ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਜਿਹੜੀ ਇੰਬਰਾਇਡਰੀ ਆ ਉਹ ਕੀਤੀ ਹੋਈ ਹੈ। ਸੋ ਇਸ ਤਰ੍ਹਾਂ ਅਸੀਂ ਸਕੈਲਪਿੰਗ ਹੈ ਜਿਹੜੀ ਉਹ ਬੋਟਮ 'ਤੇ ਦਿੱਤੀ ਹੋਈ ਹੈ, ਇਸ ਤਰ੍ਹਾਂ ਦੁਪੱਟਾ ਜੀ ਦਾ। ਸੋ ਇਹ ਵੀ ਜਿਹੜਾ ਬਹੁਤ ਹੀ ਡਿਫਰੈਂਟ ਜਿਹੜਾ ਲੁੱਕ ਦਿੱਤਾ ਹੋਇਆ, ਔਰ ਅਸੀਂ ਰੂਬੀ ਕਲਰ ਦੇ ਸੂਟ ਨਾਲ ਇਸ ਤਰ੍ਹਾਂ ਦੀ ਗੋਟੇ ਦੀਆਂ ਲਾਈਨਸ ਦਿੱਤੀਆਂ ਹੋਈਆਂ ਜੋ ਫਸਟ 'ਤੇ ਤੁਹਾਨੂੰ ਦਿਖਾਇਆ ਸੀਗਾ। ਔਰ ਨੈਕਸਟ ਹੈਗਾ ਜੀ ਹੈਵੀ ਪਾਰਟੀ ਵੇਅਰ ਸੂਟਸ। ਇਸ ਤਰ੍ਹਾਂ ਇਹਦੇ ਉੱਪਰ ਤੱਕ ਹੈ ਜਿਹੜਾ ਹੈਵੀ ਵਰਕ ਜਾਂਦਾ ਹੈ ਜੀ, ਬਹੁਤ ਹੀ ਪਿਆਰਾ ਜਿਹਾ ਮਾਊਸ ਸ਼ੇਡ ਹੈ ਜਿਵੇਂ ਕਿ ਪੇਸਟਲ ਸ਼ੇਡ ਦੇ ਵਿੱਚ ਹੁੰਦਾ, ਔਰ ਬਹੁਤ ਹੀ ਪਿਆਰੀ ਜਿਹੜੀ ਇਹਦੇ ਵਿੱਚ ਇੰਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਉੱਪਰ ਤੱਕ। ਔਰ ਇਹਦੇ ਨਾਲ ਅਸੀਂ ਅੰਬ੍ਰੇਲਾ ਪਲਾਜ਼ੋ ਬਣਾਇਆ ਹੋਇਆ ਜੀ, ਔਰ ਇਹਦਾ ਦੁਪੱਟਾ ਹੈਗਾ ਉਹ ਕਾਫੀ ਹੈਵੀ ਹੈ।